ਰਾਮ ਮੰਦਿਰ ਦੇ ਨਾਂ ਤੇ ਨਹੀਂ ਮਿਲੀਆਂ ਬੀਜੇਪੀ ਨੂੰ ਵੋਟਾਂ। ਬੀਜੇਪੀ ਅਯੋਧਿਆ ਦੀ ਸੀਟ ਯਾਨੀ ਕਿ ਫੈਜ਼ਾਬਾਦ ਦੀ ਸੀਟ ਹਾਰ ਚੁੱਕੀ ਹੈ। ਜੀ ਹਾਂ, ਅਯੋਧਿਆ ਜਿਹੜੀ ਕਿ ਰਾਮਨਗਰੀ ਕਿਹਾ ਜਾਂਦਾ ਹੈ, ਬੀਜੇਪੀ ਦੇ ਵੱਲੋਂ ਇਹ ਦਾਅਵਾ ਠੋਕਿਆ ਜਾਂਦਾ ਸੀ ਕਿ ਰਾਮ ਮੰਦਿਰ ਉਹਨਾਂ ਦੇ ਵੱਲੋਂ ਬਣਾਇਆ ਗਿਆ ਹੈ ਬੀਜੇਪੀ ਦੇ ਵੱਲੋਂ। ਹਾਲਾਂਕਿ ਪੀਐਮ ਮੋਦੀ ਆਪ ਹਿਮਾਚਲ ਦੀ ਮੰਡੀ 'ਚ ਜਾ ਕੇ ਕਹਿੰਦੇ ਨੇ ਕਿ ਰਾਮ ਮੰਦਿਰ ਬਣਾਉਣ ਵਾਲਿਆਂ ਨੂੰ ਵੋਟ ਦਿੱਤੀ ਜਾਵੇ, ਯਾਨੀ ਕਿ ਸਾਫ਼ ਤੌਰ 'ਤੇ ਮੰਦਿਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਸੀ ਪਰ ਮਿਲੀਆਂ ਨਹੀਂ। ਜਿੱਥੇ ਮੰਦਿਰ ਬਣਿਆ ਹੈ ਉੱਥੋਂ ਦੇ ਵੋਟਾਂ ਨੇ ਹੋਰ ਕਿਸੇ ਨੂੰ ਜਿਤਾ ਦਿੱਤਾ। ਜੀ ਹਾਂ, ਬੀਜੇਪੀ ਹਾਰ ਗਈ ਆ ਅਯੋਧਿਆ ਤੋਂ। ਰਾਮ ਮੰਦਿਰ ਬਣਵਾਉਣ ਦਾ ਠੋਕ 'ਤੇ ਰਹਿ ਗਏ ਦਾਅਵਾ, ਪਰ ਜਿੱਤ ਦਾ ਦਾਅਵੇਦਾਰ ਕੋਈ ਹੋਰ ਬਣ ਗਿਆ ਅਤੇ ਇੰਡੀ ਗਠਬੰਧਨ ਦਾ ਅਵਦੇਸ਼ ਪ੍ਰਸਾਦ ਜੇਤੂ ਰਿਹਾ ਹੈ। 2014 ਤੋਂ ਬੀਜੇਪੀ ਇਸ ਸੀਟ 'ਤੇ ਲਗਾਤਾਰ ਜਿੱਤਦੀ ਆ ਰਹੀ ਹੈ, ਦੋ ਵਾਰ ਜਿੱਤ ਗਈ ਅਤੇ ਹੁਣ ਫਿਰ ਦਾਅਵਾ ਠੋਕ ਰਹੇ ਸੀ ਕਿ ਰਾਮ ਮੰਦਿਰ ਅਸੀਂ ਬਣਵਾਇਆ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਬੀਜੇਪੀ ਨੂੰ, ਤਾਂ ਦੱਸਦੀ ਹੈ ਕਿ ਲੋਕਾਂ ਦਾ ਕਹਿਣਾ ਇਹ ਸੀ ਕਿ ਰਾਮ ਮੰਦਿਰ ਦਾ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਆਇਆ, ਨਾ ਕਿ ਬੀਜੇਪੀ ਦੇ ਵੱਲੋਂ। ਬੀਜੇਪੀ ਕ੍ਰੈਡਿਟ ਖਾ ਰਹੀ ਹੈ, ਤਾਂ ਲੋਕਾਂ ਦੇ ਵੱਲੋਂ ਇਲਜ਼ਾਮ, ਵਿਰੋਧੀਆਂ ਦੇ ਵੱਲੋਂ ਇਲਜ਼ਾਮ ਲੱਗੇ, ਜਿਸ ਤੋਂ ਬਾਅਦ ਫਿਰ ਵੀ ਜਿਹੜੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗੀਆਂ ਜਾਣ, ਪਰ ਫਿਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ, ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਰਾਮ ਮੰਦਿਰ ਦੇ ਨਾਂ 'ਤੇ ਵੋਟਾਂ ਮੰਗੀਆਂ ਗਈਆਂ। ਪਰ ਜਿੱਥੇ ਰਾਮ ਮੰਦਿਰ ਬਣਿਆ ਹੋਇਆ ਹੈ, ਜਿਹੜੀ ਪਵਿੱਤਰ ਥਾਂ ਹੈ, ਜਿਹੜੀ ਕੌਂਸਟੀਚੁਐਂਸੀ ਪੈਂਦੀ ਹੈ, ਜਿਸ ਕੌਂਸਟੀਚੁਐਂਸੀ ਦੇ ਵਿੱਚ ਰਾਮ ਮੰਦਿਰ ਬਣਿਆ ਹੋਇਆ ਹੈ, ਉੱਥੋਂ ਦੇ ਲੋਕਾਂ ਨੇ ਹੀ ਬੀਜੇਪੀ ਨੂੰ ਨਕਾਰਤਾ। ਬੀਜੇਪੀ ਪਿੱਛੇ ਚਲ ਗਈ, 50,000 ਦੀ ਲੀਡ ਹੈ, 50,000 ਦੀ, 50,000 ਵੋਟਾਂ ਤੋਂ ਅੱਗੇ ਹੈ ਇੰਡੀਆ ਗਠਬੰਧਨ ਦਾ ਜਿਹੜਾ ਉਮੀਦਵਾਰ ਅਵਦੇਸ਼ ਪ੍ਰਸਾਦ। 2014 ਤੋਂ ਲਗਾਤਾਰ ਬੀਜੇਪੀ ਇਸ ਸੀਟ 'ਤੇ ਜਿੱਤਦੀ ਆ ਰਹੀ ਸੀ, ਪਰ ਇਸ ਵਾਰ ਅਯੋਧਿਆ ਵਾਲਿਆਂ ਨੇ, ਫੈਜ਼ਾਬਾਦ ਵਾਲਿਆਂ ਨੇ ਬੀਜੇਪੀ ਨੂੰ ਹਰਾ ਦਿੱਤਾ ਹੈ। ਰਾਮ ਮੰਦਿਰ ਬਣਾਉਣ ਦਾ ਦਾਅਵਾ ਠੋਕਣ ਵਾਲੀ ਬੀਜੇਪੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤਾ ਅਯੋਧਿਆ ਦੇ। ਰਾਮ ਮੰਦਿਰ ਨਿਰਮਾਣ ਹੋਣ ਤੋਂ ਬਾਅਦ ਬੀਜੇਪੀ ਫੈਜ਼ਾਬਾਦ ਲੋਕ ਸਭਾ ਸੀਟ 'ਤੇ ਕੁਝ ਫਾਇਦਾ ਜਿਹੜਾ ਇਹ ਹੁੰਦਾ ਨਹੀਂ ਦਿਖਿਆ। ਹਾਲਾਂਕਿ ਬਾਕੀ ਸੀਟਾਂ ਦੇ ਉੱਤੇ ਜਿਹੜੀ ਗੱਲ ਕਰੀਏ ਯੂਪੀ ਦੇ ਵਿੱਚ, ਇਸ ਵਾਰ ਯੂਪੀ ਦੀ ਇਲੈਕਸ਼ਨ ਕਾਫੀ ਦਿਲਚਸਪ ਰਹੀ, ਕਿਉਂਕਿ ਯੂਪੀ ਦੇ ਵਿੱਚ ਅੱਗੇ ਤਾਂ ਬੀਜੇਪੀ ਨੂੰ ਸੀਟਾਂ ਬਹੁਤ ਆਉਂਦੀਆਂ ਸੀ, ਪਰ ਇਸ ਵਾਰ ਅੱਧੋ ਅੱਧ ਦਾ ਹੋ ਗਿਆ ਹੈ। ਇੰਡੀਆ ਗਠਬੰਧਨ ਨੂੰ ਜ਼ਿਆਦਾ ਸੀਟਾਂ ਮਿਲੀਆਂ ਨੇ, ਅਤੇ ਮਤਲਬ ਕਹਿ ਸਕਦੇ ਹੋ ਤੁਸੀਂ ਅੱਧੋ ਅੱਧ ਦਾ ਮੁਕਾਬਲਾ ਹੈ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ, ਜਿੱਥੇ ਰਾਮ ਜੀ ਦਾ ਮੰਦਿਰ, ਭਵਨ ਮੰਦਿਰ ਬਣਿਆ, ਜਿਸ ਮੌਕੇ ਪ੍ਰਾਣ ਪ੍ਰਤਿਸ਼ਠਾ ਹੋਈ, ਬਾਲੀਵੁੱਡ ਦੇ ਵੱਡੇ ਵੱਡੇ ਸਿਤਾਰੇ ਬੁਲਾਏ ਗਏ, ਪ੍ਰੈਜ਼ੀਡੈਂਟ ਨੂੰ ਨਹੀਂ ਬੁਲਾਇਆ ਗਿਆ, ਪ੍ਰੈਜ਼ੀਡੈਂਟ ਦੀ ਜਗ੍ਹਾ 'ਤੇ ਹੋਰ ਵੱਡੇ ਵੱਡੇ ਨੇਤਾ, ਅਮਿਤਾਭ ਬੱਚਨ, ਹੋਰ ਕਈ ਲੋਕਾਂ ਨੂੰ ਬੁਲਾਇਆ ਗਿਆ, ਅਤੇ ਬੀਜੇਪੀ ਦੇ ਵੱਲੋਂ ਇਹ ਦਾਅਵਾ ਠੋਕਿਆ ਗਿਆ ਕਿ ਅਸੀਂ ਰਾਮ ਮੰਦਿਰ ਬਣਵਾਇਆ ਹੈ, ਜਿਸ ਨੇ ਰਾਮ ਮੰਦਿਰ ਬਣਵਾਇਆ ਹੈ ਉਸਕੋ ਵੋਟ ਦਿਓ। ਇੱਦਾਂ ਦੀ ਗੱਲ ਸ਼੍ਰੀ ਨਰਿੰਦਰ ਮੋਦੀ, ਜਿਹੜੇ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ, ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ। ਆਓ ਸੁਣਦੇ ਹਾਂ ਕਿ ਮੰਡੀ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ, ਅਤੇ ਅਮਿਤ ਸ਼ਾਹ ਨੂੰ ਵੀ ਸੁਣਾਂਗੇ ਕਿ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ। ਇਹ ਆਪਕੇ ਵੋਟ ਦੀ ਤਾਕਤ ਹੈ, ਜਿਸਨੇ 500 ਸਾਲ ਕਾ ਇੰਤਜ਼ਾਰ ਖਤਮ ਕੀਆ। ਆਜ ਅਯੋਧਿਆ ਮੈਂ ਰਾਮ ਲਲਾ ਬਿਰਾਜਮਾਨ ਹੋਏ, ਹਿਮਾਚਲ ਖੁਸ਼ ਹੁਆ ਹੈ, ਦੇਵੀ ਦੇਵਤਾ ਆਸ਼ੀਰਵਾਦ ਬਰਸਾ ਰਹੇ ਹੈ, ਲੇਕਿਨ ਕਾਂਗਰਸ ਖੁਸ਼ ਨਹੀਂ ਹੈ।
अगर आपके एक वोट ने मोदी की ताकत नहीं बढ़ाई होती तो कांग्रेस कभी राम मंदिर नहीं बनने देती। ये आपके एक वोट की ताकत है। भाइयों बहनों, आप मुझे बताओ, अयोध्या में राम मंदिर बनना चाहिए था या नहीं बनना चाहिए था? अरे जोर से बोलो, बनना चाहिए था या नहीं बनना चाहिए था? भाइयों बहनों, 70 साल से हुड्डा साहब, जवाब देना आप जरा इस बात का करनाल वालों को, 70 साल से राम मंदिर को अटका कर, लटका कर, भटका कर रखा। मोदी जी को आपने दूसरी बार प्रधानमंत्री बनाया, 5 साल में भूमि पूजन भी किया, केस भी जीता और 24 जनवरी को प्राण प्रतिष्ठा कर जय श्री राम कर दिया। और भाइयों बहनों, एक कांग्रेस पार्टी देखिए, ट्रस्ट वालों ने उनको निमंत्रण भेजा, खड़गे जी को, सोनिया जी को, राहुल बाबा को, और कहा कि आप पधारिए, इतना बड़ा राम उत्सव 500 साल के बाद हो रहा है, आप आइए। मगर ये लोग नहीं गए, क्योंकि उनकी माइनॉरिटी की वोट बैंक का डर था। भाइयों बहनों, वो भले नहीं गए, हम भाजपा वाले नहीं डरते हैं। नरेंद्र मोदी जी ने न केवल राम मंदिर, औरंगजेब ने तोड़ा हुआ काशी विश्वनाथ को भी फिर से बनाने का काम नरेंद्र मोदी जी ने किया। भाइयों